ਰਾਹੁਲ ਗਾਂਧੀ ਕਹਿੰਦਾ ਚੱਲ ਤੁਸੀਂ ਐਂ ਦੱਸ ਦਿਓ ਵੀ ਅੰਬਾਨੀ ਅਡਾਨੀ ਹੋਰਾਂ ਬਾਰੇ ਮੈਂ ਪਾਰਲੀਮੈਂਟ 'ਚ ਕਿਹਦਾ ਨਾਂ ਲੈ ਕੇ ਬੋਲਾਂ। ਹਾਂਜੀ ਡਾਕਟਰ ਸਾਹਿਬ, ਜਦੋਂ ਕੱਲ੍ਹ ਰਾਹੁਲ ਗਾਂਧੀ ਪਾਰਲੀਮੈਂਟ 'ਚ ਬੋਲੇ ਅਤੇ ਉਸਨੇ ਮੋਦੀ ਦਾ ਅਤੇ ਅਡਾਨੀ ਦਾ ਅਤੇ ਅੰਬਾਨੀ ਦਾ ਨਾਮ ਲਿਆ ਅਤੇ ਉਸਨੂੰ ਕਿਉਂ ਰੋਕਿਆ ਗਿਆ ਅਤੇ ਇਸ ਦਾ ਖਿਲਾਰਾ ਇੰਨਾ ਕਿਉਂ ਪਿਆ? ਦੇਖੋ, ਰਾਹੁਲ ਗਾਂਧੀ ਨੂੰ ਇਸ ਕਰਕੇ ਰੋਕਿਆ ਗਿਆ ਕਿਉਂਕਿ ਰਾਹੁਲ ਗਾਂਧੀ ਨੇ ਕੱਲ੍ਹ ਪਾਰਲੀਮੈਂਟ ਦੇ ਵਿੱਚ ਨਾ ਗੁੱਝੇ ਰਾਜ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਕੌੜੇ ਸੱਚ ਬੋਲਣ ਦੀ ਕੋਸ਼ਿਸ਼ ਕੀਤੀ ਅਤੇ ਵੱਡੇ ਖੁਲਾਸੇ ਕਰਨ ਦੀ ਕੋਸ਼ਿਸ਼ ਕੀਤੀ। ਦੇਖੋ, ਭਾਵੇਂ ਰਾਹੁਲ ਗਾਂਧੀ ਵੀ ਕਰ ਆਪਦੀ ਪਾਰਟੀ ਦੀ ਸਿਆਸਤੀ ਰਿਹਾ, ਪਰ ਫਿਰ ਵੀ ਜੋ ਕੁਛ ਉਹਨੇ ਕੱਲ੍ਹ ਬੋਲਿਆ ਉਹ ਤਾਂ ਵਾਕਿਆ ਹੀ ਕੌੜੇ ਸੱਚ ਸੀ ਅਤੇ ਗੁੱਝੇ ਰਾਜ ਸੀ ਜਿਹੜੇ ਪੂਰੇ ਦੇਸ਼ ਦੇ ਲੋਕਾਂ ਨੂੰ ਸਮਝਣੇ ਚਾਹੀਦੇ ਨੇ। ਰਾਹੁਲ ਗਾਂਧੀ ਨੇ ਕੱਲ੍ਹ ਕੀ ਪਾਰਲੀਮੈਂਟ 'ਚ ਕੀਤਾ ਜਿਹਦੇ 'ਤੇ ਅੱਗੋਂ BJP ਵਾਲਿਆਂ ਨੂੰ ਬਹੁਤ ਤਕਲੀਫ ਹੋਈ, ਉਹ ਚੀਕ ਉੱਠੇ ਅਤੇ ਉੱਧਰੋਂ ਜਿਹੜੇ ਸਪੀਕਰ ਸੀ ਲੋਕ ਸਭਾ ਦੇ ਉਹ ਵੀ ਰਾਹੁਲ ਗਾਂਧੀ ਨੂੰ ਰੋਕਣ ਲੱਗੇ। ਉਹ ਪੂਰੀ ਗੱਲ ਆਪਾਂ ਕਰਦੇ ਹਾਂ। ਪਹਿਲਾਂ ਤਾਂ ਰਾਹੁਲ ਗਾਂਧੀ ਨੇ ਗੱਲ ਸ਼ੁਰੂ ਕੀਤੀ, ਕਹਿੰਦਾ ਮੈਂ ਤੁਹਾਨੂੰ ਚੱਕਰ ਵਿਊ ਸਮਝਾਉਣਾ। ਕਹਿੰਦਾ ਜਿਵੇਂ ਜਿਹੜਾ ਕੁਰਕਸ਼ੇਤਰ ਦੇ ਮੈਦਾਨ 'ਚ ਜਦੋਂ ਕੌਰਵਾਂ ਪਾਂਡਵਾਂ ਦਾ ਯੁੱਧ ਹੋਇਆ ਸੀ ਤਾਂ ਅਭਿਮਨਿਊ ਨੂੰ ਇੱਕ ਚੱਕਰ ਵਿਊ 'ਚ ਫਸਾਇਆ ਸੀ 6 ਬੰਦਿਆਂ ਨੇ। ਕਹਿੰਦਾ ਉਸੇ ਹੀ ਤਰ੍ਹਾਂ ਹੁਣ ਕਹਿੰਦਾ ਜਿਹੜੀ BJP ਆ ਉਹ ਪੂਰੇ ਦੇਸ਼ ਨੂੰ ਇੱਕ ਚੱਕਰ ਵਿਊ 'ਚ ਫਸਾ ਰਹੀ ਹੈ ਔਰ ਉਸ ਚੱਕਰ ਵਿਊ ਦੇ ਵਿੱਚ ਵੀ 6 ਹੀ ਬੰਦੇ ਆ ਜਿਹੜੇ ਫਸਾ ਰਹੇ ਆ। ਕਹਿੰਦਾ ਉਹ ਕੁਰਕਸ਼ੇਤਰ 'ਚ ਵੀ 6 ਹੀ ਬੰਦੇ ਸੀ ਜਿਨ੍ਹਾਂ ਨੇ ਚੱਕਰਵਿਊ 'ਚ ਫਸਾਇਆ ਅਭਿਮਨਿਊ ਨੂੰ, ਅਤੇ ਕਹਿੰਦਾ BJP ਹੁਣ ਜਿਵੇਂ ਚੱਕਰਵਿਊ ਚਲਾ ਰਹੀ ਹੈ ਇਹਦੇ 'ਚ ਵੀ 6 ਹੀ ਬੰਦੇ ਆ। ਜਦੋਂ ਉਹਨੇ ਨਾਂ ਲਿਆ ਕਹਿੰਦਾ ਇੱਕ ਹੈਗਾ ਮੋਦੀ, ਦੂਜਾ ਹੈਗਾ ਅਮਿਤ ਸ਼ਾਹ, ਇੱਕ ਹੈਗਾ ਅੰਬਾਨੀ, ਇੱਕ ਹੈਗਾ ਅੰਡਾਨੀ। ਇੱਥੇ ਹੀ ਬਹੁਤ ਤਕਲੀਫ ਹੋ ਗਈ ਪਹਿਲਾਂ ਤਾਂ ਸਪੀਕਰ ਸਾਹਿਬ ਨੂੰ। ਉਹ ਕਹਿੰਦੇ ਦੇਖੋ ਜੀ, ਇਹ ਤੂੰ ਨਾਂ ਨਹੀਂ ਲੈ ਸਕਦਾ ਅੰਬਾਨੀ ਅਡਾਨੀ ਦਾ ਪਾਰਲੀਮੈਂਟ 'ਚ, ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਅੰਬਾਨੀ ਅਡਾਨੀ ਦਾ ਨਾਂ ਲਿਆ ਹੀ ਨਹੀਂ ਜਾ ਸਕਦਾ, ਤੂੰ ਗਲਤ ਲੈ ਰਿਹਾ। ਰਾਹੁਲ ਗਾਂਧੀ ਕਹਿੰਦਾ ਫਿਰ ਤੁਸੀਂ ਐਂ ਦੱਸ ਦਿਓ ਵੀ ਜਿਹੜੀ ਗੱਲ ਮੈਂ ਅੰਬਾਨੀ ਅਡਾਨੀ ਬਾਰੇ ਬੋਲਣੀ ਹੈ ਜਾਂ ਮੋਦੀ ਹੋਰਾਂ ਨਾਲ ਉਹਨਾਂ ਦੇ ਖੁਲਾਸੇ ਕਰਨੇ ਹੈ, ਜੇ ਮੈਂ ਉਹਨਾਂ ਦੇ ਨਾਂ ਨਹੀਂ ਲੈ ਸਕਦਾ ਤਾਂ ਫਿਰ ਮੈਂ ਉਹ ਕਿਵੇਂ ਕਰਾਂ? ਰਾਹੁਲ ਗਾਂਧੀ ਕਹਿੰਦਾ ਚੱਲ ਤੁਸੀਂ ਐਂ ਦੱਸ ਦਿਓ ਵੀ ਅੰਬਾਨੀ ਅਡਾਨੀ ਹੋਰਾਂ ਬਾਰੇ ਮੈਂ ਪਾਰਲੀਮੈਂਟ 'ਚ ਕਿਹਦਾ ਨਾਂ ਲੈ ਕੇ ਬੋਲਾਂ। ਅਤੇ ਫਿਰ ਰਾਹੁਲ ਗਾਂਧੀ ਨੇ ਅੰਬਾਨੀ ਅਡਾਨੀ ਦਾ ਇੱਕ ਨਵਾਂ ਨਾਂ ਰੱਖ ਲਿਆ ਪਾਰਲੀਮੈਂਟ 'ਚ। ਕਹਿੰਦਾ ਚੱਲ ਐਂ ਕਰਦੇ ਹਾਂ, ਉਹਨਾਂ ਨੂੰ A1 ਅਤੇ A2 ਕਹਿ ਦਿੰਦੇ ਹਾਂ, ਏ ਅਤੇ ਅੰਬਾਨੀ 1, ਏ ਅਤੇ ਅਡਾਨੀ 2। ਅਤੇ ਫਿਰ ਜਦੋਂ ਇਹਦੇ 'ਤੇ ਵੀ ਸਪੀਕਰ ਸਾਹਿਬ ਕਹਿੰਦੇ ਨਹੀਂ 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 ਨੋ ਨੋ ਨੋ, ਉੱਧਰੋਂ BJP ਦੇ ਮੰਤਰੀ ਬੈਠੇ ਸੀ ਸਾਹਮਣੇ ਮੋਦੀ ਸਾਹਿਬ ਦੇ, ਉਹਨਾਂ ਨੂੰ ਬਹੁਤ ਤਕਲੀਫ ਹੋਈ, ਉਹ ਤਾਂ ਪੂਰਾ ਭੁੜਕਣ ਲੱਗ ਪਏ, ਬੋਲਣ ਲੱਗ ਪਏ ਵੀ ਐਂ ਨਹੀਂ ਕਰ ਸਕਦਾ, ਇਹ ਯੂੰ ਨਹੀਂ ਕਰ ਸਕਦਾ। ਤਾਂ ਫਿਰ ਰਾਹੁਲ ਗਾਂਧੀ ਨੇ ਨਾ ਸਪੀਕਰ ਸਾਹਿਬ ਨੂੰ ਇੱਕ ਸਵਾਲ ਦੇ ਵਿੱਚ ਲਾਜਵਾਬ ਕਰਤਾ। ਰਾਹੁਲ ਗਾਂਧੀ ਕਹਿੰਦਾ ਜੀ ਤੁਸੀਂ ਦੱਸ ਦਿਓ ਵੀ ਜਿਹੜਾ ਖੁਲਾਸਾ ਮੈਂ ਅੰਬਾਨੀ ਅਡਾਨੀ ਅਤੇ ਮੋਦੀ ਹੋਰਾਂ ਬਾਰੇ ਕਰਨਾ ਉਹ ਫਿਰ ਮੈਂ ਕਿਹੜੇ ਤਰੀਕੇ ਨਾਲ ਕਰਾਂ, ਮੈਨੂੰ ਤੁਸੀਂ ਉਹ ਤਰੀਕਾ ਦੱਸ ਦਿਓ ਜੇ ਅੰਬਾਨੀ ਅਡਾਨੀ ਹੋਰਾਂ ਦੇ ਨਾਮ ਲੈ ਨਹੀਂ ਸਕਦਾ। ਤਾਂ ਸਪੀਕਰ ਸਾਹਿਬ ਕੋਲ ਕੋਈ ਜਵਾਬ ਨਹੀਂ ਸੀ, ਕੀ ਦੱਸਦੇ, ਬਸ ਇੱਕ ਹੀ ਗੱਲ ਕਰੀ ਗਏ ਸਪੀਕਰ ਸਾਹਿਬ, ਵੇਖੋ ਜੀ ਪਾਰਲੀਮੈਂਟ 'ਚ ਤੂੰ ਉਹਨਾਂ ਦਾ ਨਾਂ ਨਹੀਂ ਲੈ ਸਕਦਾ। ਕਿੰਨਾ ਦਾ? ਅੰਬਾਨੀ ਅਡਾਨੀ ਦਾ। ਕਿਉਂ ਨਹੀਂ ਲੈ ਸਕਦਾ? ਕਿਉਂਕਿ ਉਹ ਪਾਰਲੀਮੈਂਟ ਦੇ ਮੈਂਬਰ ਨਹੀਂ ਹੈਗੇ। ਯਾਰ ਆਹ ਤਾਂ ਹੱਦ ਹੋ ਗਈ ਵੀ ਦੇਸ਼ ਦੇ ਸਭ ਤੋਂ ਵੱਡੇ ਸਰਮਾਏਦਾਰ ਅੰਬਾਨੀ ਅਡਾਨੀ, ਰਾਹੁਲ ਗਾਂਧੀ ਕਹਿੰਦਾ ਵੀ ਦੇਸ਼ ਦੇ ਸਾਰੀ ਆਰਥਿਕਤਾ ਨੂੰ, ਧਨ ਪੈਸੇ ਨੂੰ ਉਹ ਕੰਟਰੋਲ ਕਰ ਰਹੇ ਨੇ, ਉਹਨਾਂ ਦਾ ਏਕਾਧਿਕਾਰ ਹੋ ਰਿਹਾ ਦੇਸ਼ ਦੀ ਸੰਪੱਤੀ 'ਤੇ, ਅਤੇ ਉਹਨਾਂ ਦਾ ਮੈਂ ਨਾਂ ਨਹੀਂ ਲੈ ਸਕਦਾ ਇੱਥੇ, ਆਹ ਬੜੀ ਗੱਲ ਆ ਰਾਹੁਲ ਗਾਂਧੀ ਕਹਿੰਦਾ। ਤਾਂ
ਉੱਥੇ ਫਿਰ ਕੋਈ ਜਵਾਬ ਪੁਖਤਾ ਹੈ ਨਹੀਂ ਸੀ, ਨਾ ਸਪੀਕਰ ਸਾਹਿਬ ਕੋਲੇ, ਨਾ ਬੀਜੇਪੀ ਦੇ ਮੰਤਰੀਆਂ ਕੋਲੇ, ਬਸ ਸਿਰਫ ਇਹੀ ਸੀ ਨਹੀਂ 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 ਨਹੀਂ, ਇਸ ਤੋਂ ਇਲਾਵਾ ਕੋਈ ਗੱਲ ਹੀ ਹੈ ਨਹੀਂ ਸੀ। ਅਤੇ ਰਾਹੁਲ ਗਾਂਧੀ ਨੇ ਮੈਨੂੰ ਲੱਗਦਾ ਕੱਲ੍ਹ ਇੰਨੀ ਕੁ ਤਿਆਰੀ ਕੀਤੀ ਸੀ। ਰਾਹੁਲ ਗਾਂਧੀ ਕਹਿੰਦਾ ਪੂਰਾ ਦੇਸ਼ ਇਹਨਾਂ ਨੇ ਚੱਕਰ ਵਿੱਚ ਫਸਾ ਤਾ, ਕਹਿੰਦਾ ਕਰੋਨਾ ਕਾਲ ਦੇ ਵਿੱਚ ਜਿਹੜੇ ਛੋਟੇ ਵਪਾਰੀ ਸੀ ਉਹਨਾਂ ਨੂੰ ਤਾਂ ਇਹਨਾਂ ਨੇ ਥੱਲੇ ਵਾੜਤਾ, ਉਹਨਾਂ 'ਤੇ GST ਲਾਗੂ ਕਰਤਾ, ਉਹ ਨੋਟਬੰਦੀ ਕਰਤੀ, ਅਤੇ ਕਹਿੰਦਾ ਜਿਹੜੇ ਇਹ ਵੱਡੇ ਅਮਾਨੀ ਡਾਨੀ ਸੀ ਇਹਨਾਂ ਨੂੰ ਸਾਰਾ ਕੁਛ ਇਹਨਾਂ ਨੇ ਦੇਣਾ ਸ਼ੁਰੂ ਕਰਤਾ। ਫਿਰ ਰਾਹੁਲ ਗਾਂਧੀ ਕਹਿੰਦਾ ਅਗਲਾ ਚੱਕਰ ਵੀ ਉਹਨਾਂ ਨੇ ਚਲਾਇਆ ਕਿਸਾਨਾਂ 'ਤੇ, ਪਹਿਲਾਂ 3 ਕਾਨੂੰਨ ਬਣਾਏ ਤਾਂ ਕਿ ਸਾਰੀ ਖੇਤੀ ਕਾਰਪੋਰੇਟ ਘਰਾਣਿਆਂ ਨੂੰ ਦਿੱਤੀ ਜਾ ਸਕੇ। ਫਿਰ ਕਹਿੰਦਾ ਜਦੋਂ ਕਿਸਾਨ ਉਹ ਚੱਕਰ ਵੀ ਰੋਕਣ ਦੇ ਲਈ ਮੰਗ ਕਰਨ ਲੱਗੇ ਵੀ ਭਾਈ ਤੁਸੀਂ ਸਾਨੂੰ MSP ਗਰੰਟੀ ਕਾਨੂੰਨ ਦੇ ਦਿਓ, ਤਾਂ ਕਹਿੰਦਾ ਫਿਰ ਇਹ ਅੜੇ ਹੋਏ ਨੇ, ਉਹਨਾਂ ਨੂੰ ਉੱਥੇ ਹਰਿਆਣੇ ਦੇ ਬਾਰਡਰਾਂ 'ਤੇ ਸ਼ੰਭੂ 'ਤੇ ਰੋਕੀ ਬੈਠੇ ਨੇ, ਦਿੱਲੀ ਉਹਨਾਂ ਨੂੰ ਵੜਨ ਨਹੀਂ ਦਿੰਦੇ। ਰਾਹੁਲ ਗਾਂਧੀ ਕਹਿੰਦਾ ਜੇ ਉਹ ਮੈਨੂੰ ਮਿਲਣ ਆ ਗਏ ਇਹ ਮਿਲਣ ਨਹੀਂ ਸੀ ਦਿੰਦੇ। ਫਿਰ ਰਾਹੁਲ ਗਾਂਧੀ ਨੇ ਇੱਕ ਬਹੁਤ ਵੱਡਾ ਐਲਾਨ ਕੀਤਾ ਕੱਲ੍ਹ ਪਾਰਲੀਮੈਂਟ ਦੇ ਵਿੱਚ BJP ਦੇ ਮੰਤਰੀਆਂ ਦੇ ਸਾਹਮਣੇ, ਕਹਿੰਦਾ ਸਾਡੀ ਸਰਕਾਰ ਜੇ ਆ ਗਈ ਆਉਂਦਿਆਂ ਹੀ ਇਸੇ ਪਾਰਲੀਮੈਂਟ 'ਚ ਸਭ ਤੋਂ ਪਹਿਲਾਂ ਮੈਂ MSP ਗਰੰਟੀ ਕਾਨੂੰਨ ਬਣਾ ਕੇ ਦਊਂਗਾ ਕਿਸਾਨਾਂ ਨੂੰ, ਇਹ ਮੇਰਾ ਪੂਰਾ ਵਾਅਦਾ, ਕਹਿੰਦਾ ਕਿਸਾਨਾਂ ਦੇ ਨਾਲ ਇੱਥੇ ਪਾਰਲੀਮੈਂਟ ਦੇ ਵਿੱਚ ਸਾਹਮਣੇ ਬੈਠੇ ਮੋਦੀ ਦੇ ਮੰਤਰੀ। ਔਰ ਉਹਨਾਂ ਤੋਂ ਨਹੀਂ ਇਹ ਗੱਲ ਕਹੀ ਗਈ ਵੀ ਅਸੀਂ ਵੀ ਇਹੋ ਜਿਹਾ ਕੁਛ ਕਰਾਂਗੇ। ਦੇਖੋ ਭਾਵੇਂ ਰਾਹੁਲ ਗਾਂਧੀ ਵੀ ਆਪਦੀ ਸਿਆਸਤੀ ਘੋਟ ਰਿਹਾ ਹੋਊਗਾ, ਪਰ ਜੋ ਗੱਲਾਂ ਉਹਨੇ ਕੀਤੀਆਂ ਨੇ ਉਹ ਗੱਲਾਂ ਕਿਸਾਨਾਂ ਨੂੰ ਅਤੇ ਲੋਕਾਂ ਨੂੰ ਠੀਕ ਲੱਗ ਰਹੀਆਂ ਨੇ। ਅਗਲੀ ਗੱਲ ਰਾਹੁਲ ਗਾਂਧੀ ਕਹਿੰਦਾ ਅਗਲਾ ਚੱਕਰ ਵੀ ਉਹ ਰਾਹੁਲ ਗਾਂਧੀ ਕਹਿੰਦਾ ਤੁਸੀਂ ਨੌਜਵਾਨਾਂ ਨਾਲ ਚਲਾਇਆ, ਕਹਿੰਦਾ ਤੁਸੀਂ ਅਗਨੀਵੀਰ ਸਕੀਮ ਕੱਢ ਲਿਆਂਦੀ। ਉਂਝ ਤਾਂ ਕਹਿੰਦਾ ਵੀ BJP ਕਹਿੰਦੀ ਅਸੀਂ ਦੇਸ਼ ਭਗਤ, ਅਸੀਂ ਦੇਸ਼ ਭਗਤ, ਅਤੇ ਜਿਹੜੇ ਦੇਸ਼ ਦੀ ਰੱਖਿਆ ਲਈ ਫੌਜੀ ਭਰਤੀ ਕਰਨੇ ਆ ਉਹਨਾਂ ਨੂੰ ਰੱਖਣਾ ਵੀ 4 ਸਾਲ ਲਈ, ਉਹਨਾਂ ਨੂੰ ਪੈਨਸ਼ਨ ਵੀ ਨਹੀਂ ਦੇਣੀ, ਉਹਨਾਂ ਦੀ ਸ਼ਹੀਦੀ 'ਤੇ ਵੀ ਕੁਝ ਨਹੀਂ ਕਰਨਾ, ਕਹਿੰਦਾ ਆਹ ਤੁਹਾਡੀ ਦੇਸ਼ ਭਗਤੀ। ਅਗਲੀ ਗੱਲ ਰਾਹੁਲ ਗਾਂਧੀ ਕਹਿੰਦਾ ਵੀ ਅਗਲਾ ਚੱਕਰ ਵਿਊ ਇਹਨਾਂ ਨੇ ਚਲਾਇਆ ਦੇਸ਼ ਦੇ ਵਪਾਰੀਆਂ ਦੇ ਨਾਲ, ਕਹਿੰਦਾ ਛੋਟਾ ਸਾਰਾ ਵਪਾਰ ਇਹਨਾਂ ਨੇ ਖਤਮ ਕਰਤਾ, ਛੋਟੇ ਸਾਰੇ ਕਾਰੋਬਾਰੀ ਇਹਨਾਂ ਨੇ ਖਤਮ ਕਰਤੇ, ਸਾਰਾ ਕੁਛ 4 ਜਿਹੜੇ ਵੱਡੇ ਅਮਾਨੀ ਅਡਾਨੀ ਨੇ ਉਹਨਾਂ ਦੇ ਹੱਥਾਂ 'ਚ ਦਿੱਤਾ। ਜਦੋਂ ਉਹਨੇ ਫਿਰ ਇਹ ਗੱਲ ਬੋਲੀ ਅਮਾਨੀ ਅਡਾਨੀ, ਫਿਰ ਤਕਲੀਫ ਹੋ ਗਈ BJP ਨੂੰ, ਸਪੀਕਰ ਸਾਹਿਬ ਨੂੰ, ਕਹਿੰਦੇ ਤੂੰ ਫਿਰ ਅਮਾਨੀ ਅਡਾਨੀ ਦਾ ਨਾਂ ਲੈਂਦਾ। ਉਹ ਕਹਿੰਦਾ ਚੱਲ ਮੈਂ ਨਹੀਂ ਲੈਂਦਾ, A1A2 ਚੱਲੇਗਾ ਉਹਨਾਂ ਦਾ ਨਾਂ, ਕਹਿੰਦਾ ਮੈਂ ਰੱਖ ਲਿਆ ਨਵਾਂ, ਅਮਾਨੀ ਦਾ A ਅਤੇ ਅਡਾਨੀ ਦਾ A2, ਕਹਿੰਦਾ A1 A2। ਜਦੋਂ ਹੀ ਉਹਨੇ ਫਿਰ ਬੋਲਿਆ, ਕਹਿੰਦਾ ਮੋਦੀ ਜੀ A1 ਔਰ A2 ਕੇ ਸਾਥ ਮਿਲ ਕੇ, ਉਦੋਂ ਹੀ ਫਿਰ ਉਹ ਬੋਲਣ ਲੱਗ ਪਏ, ਕਹਿੰਦੇ ਤੂੰ A1 A2 ਨਹੀਂ ਬੋਲ ਸਕਦਾ। ਉਹ ਕਹਿੰਦਾ ਕਮਾਲ ਹੈ ਯਾਰ, ਤੁਸੀਂ ਮੈਨੂੰ ਬੋਲਣ ਹੀ ਨਹੀਂ ਦਿੰਦੇ। ਕਹਿੰਦਾ ਫਿਰ ਇਹਦਾ ਮਤਲਬ ਇਹ ਆ ਵੀ ਪਾਰਲੀਮੈਂਟ 'ਚ ਸੱਤ ਤੁਸੀਂ ਬੋਲਣ ਨਹੀਂ ਦੇਣਾ। ਮੈਨੂੰ ਲੱਗਦਾ ਰਾਹੁਲ ਗਾਂਧੀ ਭਾਵੇਂ ਆਪਦੀ ਸਿਆਸਤੀ ਕਰ ਰਿਹਾ, ਪਰ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਬੋਲ ਰਿਹਾ ਨਾ, ਮਾਂਜ ਕੇ ਧਰੀ ਜਾਂਦਾ। ਔਰ ਮੋਦੀ ਸਾਹਿਬ ਹੋਰਾਂ ਦੀ ਸ਼ਾਇਦ ਹਿੰਮਤ ਹੀ ਨਹੀਂ ਪੈ ਰਹੀ ਕਿ ਰਾਹੁਲ ਗਾਂਧੀ ਦੇ ਸਾਹਮਣੇ ਬਹਿ ਸਕਣ, ਉਹ ਤਾਂ ਉੱਥੋਂ ਨਿਕਲ ਹੀ ਜਾਂਦੇ ਨੇ। ਮੋਦੀ ਅਤੇ ਅਮਿਤ ਸ਼ਾਹ ਉੱਥੇ ਹੁੰਦੇ ਹੀ ਨਹੀਂ ਜਦੋਂ ਬਹਿਸ ਹੁੰਦੀ ਹੈ। ਹੁਣ ਬਜਟ 'ਤੇ ਬਹਿਸ ਚੱਲ ਰਹੀ ਸੀ, ਔਰ ਤੁਸੀਂ ਦੇਖੋ ਜਿਹੜੇ ਸਪੀਕਰ ਸਾਹਿਬ ਨੇ ਓਮ ਬਿਰਲਾ ਸਾਹਿਬ, ਉਹਨਾਂ ਦੇ ਉੱਪਰ ਬੜੀ ਵਾਰੇ ਸਵਾਲ ਉੱਠਿਆ ਵੀ ਜਦੋਂ ਤਾਂ BJP ਵੱਲੋਂ ਕੋਈ ਬੋਲਦਾ ਉਹ ਚਾਹੇ ਉਹ ਜਦੋਂ ਦੀਆਂ ਮਰਜ਼ੀ ਗੱਲਾਂ ਕਰੀ ਜਾਵੇ, ਪੁਰਾਣੀਆਂ ਕਰੀ ਜਾਵੇ, ਨਵੀਆਂ ਕਰੀ ਜਾਵੇ, ਕਿਸੇ ਦਾ ਨਾਂ ਲੈ ਕੇ ਕਰੀ ਜਾਵੇ, ਅਤੇ ਸਪੀਕਰ ਸਾਹਿਬ ਬੋਲਣ ਦਿੰਦੇ ਨੇ।
ਤੇ ਜਦੋਂ ਦੂਜੇ ਪਾਸਿਓਂ ਬੋਲਦਾ ਕੋਈ ਉਦੋਂ ਸਪੀਕਰ ਸਾਹਿਬ ਜਿਹੜੇ ਨੇ ਰੋਕਣ ਲੱਗ ਪੈਂਦੇ ਨੇ। ਇਹ ਦੋਸ਼ ਪਿਛਲੇ ਦਿਨੀ ਵੀ ਕਈ ਜਿਹੜੇ ਐਮ ਪੀ ਆ ਉਹਨਾਂ ਨੇ ਸਪੀਕਰ ਸਾਹਿਬ 'ਤੇ ਸਿੱਧਾ ਲਾਇਆ ਵੀ ਤੁਸੀਂ ਪੱਖਪਾਤ ਕਰਦੇ ਹੋ, ਤੁਸੀਂ ਬਰਾਬਰੀ ਨਹੀਂ ਚੱਲਦੇ। ਜਦੋਂ ਰਾਹੁਲ ਗਾਂਧੀ ਨੇ ਫਿਰ ਸਵਾਲ ਪੁੱਛਿਆ ਉਹਨੂੰ ਸਪੀਕਰ ਸਾਹਿਬ ਨੂੰ, ਫਸ ਗਏ, ਕਹਿੰਦੇ ਤੂੰ ਮੇਰੇ ਸੇ ਸਵਾਲ ਨਹੀਂ ਪੁੱਛ ਸਕਦਾ। ਉਹ ਕਹਿੰਦਾ ਚਲੋ ਮੈਂ ਨਹੀਂ ਪੁੱਛਦਾ ਸਵਾਲ ਤੁਹਾਡੇ ਤੋਂ। ਸਵਾਲ ਉਹਨੇ ਕੀ ਪੁੱਛਿਆ? ਰਾਹੁਲ ਗਾਂਧੀ ਨੇ ਪੁੱਛਿਆ ਸਿਰਫ ਇੰਨਾ ਵੀ ਸਪੀਕਰ ਸਾਹਿਬ, ਜੇ ਮੈਂ ਅੰਬਾਨੀ ਨਾਨੀ ਦਾ ਨਾਂ ਨਹੀਂ ਲੈ ਸਕਦਾ ਫਿਰ ਉਹਨਾਂ ਦੀ ਗੱਲ ਮੈਂ ਕਿਵੇਂ ਕਰਾਂ, ਤਰੀਕਾ ਦੱਸੋ, ਅਤੇ ਮੈਂ ਆਪਸੇ ਪੁੱਛਦਾ ਹੂੰ। ਅਤੇ ਫਿਰ ਜਦੋਂ ਗੱਲ ਨਹੀਂ ਸੀ ਹੈਗੀ ਕੋਈ, ਕਹਿੰਦੇ ਤੂੰ ਮੇਰੇ ਸੇ ਸਵਾਲ ਨਹੀਂ ਪੁੱਛ ਸਕਦਾ, ਉਹ ਕਹਿੰਦਾ ਚੱਲ ਮੈਂ ਸਵਾਲ ਨਹੀਂ ਪੁੱਛਦਾ। ਉੱਧਰੋਂ ਬੀਜੇਪੀ ਦਾ ਮੰਤਰੀ ਖੜਾ ਹੋ ਗਿਆ ਭਾਈ ਇੱਕ, ਉਹ ਕਹਿੰਦਾ ਰਾਹੁਲ ਮਰਿਆਦਾ ਤੋੜ ਰਿਹਾ, ਰਾਹੁਲ ਉਲੰਘਣ ਕਰ ਲਿਆ ਪਾਰਲੀਮੈਂਟ ਦੇ ਰੂਲ, ਤੋੜੀ ਜਾਂਦਾ ਰੂਲ ਕਿਹੜੇ ਤੋੜ ਰਿਹਾ। ਦੇਖੋ ਸਭ ਤੋਂ ਵੱਡੀ ਗੱਲ ਹੈ ਜਿਹੜੀ ਰਾਹੁਲ ਗਾਂਧੀ ਨੇ ਕੱਲ੍ਹ ਪਾਰਲੀਮੈਂਟ 'ਚ ਉਠਾਈ ਹੈ, ਜਿਹਤੋਂ ਬੜੀ ਤਕਲੀਫ ਹੋਈ ਹੈ ਮੋਦੀ ਦੇ ਮੰਤਰੀਆਂ ਨੂੰ ਔਰ ਸਪੀਕਰ ਸਾਹਿਬ ਨੂੰ ਵੀ। ਸਿੱਧੀ ਗੱਲ ਇਹ ਆ ਕਿ ਅੰਬਾਨੀ ਅਡਾਨੀ ਦਾ ਨਾਂ ਲੈਣ ਤੋਂ ਰਾਹੁਲ ਗਾਂਧੀ ਨੂੰ ਇਸ ਕਰਕੇ ਰੋਕਿਆ ਕਿਉਂਕਿ ਅੰਬਾਨੀ ਅਡਾਨੀ ਸਾਰਾ ਕੁਛ ਚਲਾਉਂਦੇ ਨੇ। ਰਾਹੁਲ ਗਾਂਧੀ ਨੇ ਵੀ ਪਾਰਲੀਮੈਂਟ 'ਚ ਕਿਹਾ ਵੀ ਉਹ ਆਕਾ ਨੇ, ਆਕਾ ਦਾ ਫੋਨ ਆ ਗਿਆ ਹੋਣਾ। ਤਾਂ ਵਾਕਿਆ ਹੀ ਉਹ ਕਹਿੰਦੇ ਨੇ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ, ਇਹ ਗੱਲ ਬਿਲਕੁਲ ਸੱਚ ਆ। ਵਾਕਿਆ ਹੀ ਉਹ ਆਕਾ ਵਾਂਗ ਹੋ ਚੁੱਕੇ ਨੇ। ਹੁਣ ਉਹਨਾਂ ਦੇ ਘਰੇ ਵਿਆਹ ਸੀ ਅਤੇ ਮੋਦੀ ਸਾਹਿਬ ਉੱਥੇ ਵਿਆਹ 'ਚ ਜਾ ਕੇ ਪਹਿਲਾਂ ਪਾਉਂਦੇ ਰਹਿਣਾ। ਅੱਛਾ ਮੋਦੀ ਸਾਹਿਬ ਜਿਹੜੇ ਮੁਹੱਲੇ 'ਚ ਜੰਮੇ ਪਲੇ ਆ ਉੱਥੇ ਸਾਲ 'ਚ ਕਿੰਨੇ ਵਿਆਹ ਹੁੰਦੇ ਆ, ਉਹ ਚਾਹੇ ਸੱਦਣ ਵੀ ਮੋਦੀ ਸਾਹਿਬ ਨੂੰ, ਨਹੀਂ ਜਾਣਾ ਮੋਦੀ ਸਾਹਿਬ ਨੇ ਕਿਉਂਕਿ ਆਮ ਲੋਕ ਨੇ, ਉਹ ਗਰੀਬ ਲੋਕ ਨੇ, ਉਹ ਤਾਂ ਆਮ ਜੀ ਜਨਤਾ ਹੈ। ਜਿਹੜੇ ਮੁਹੱਲੇ ਦੀਆਂ ਗਲੀਆਂ 'ਚ ਖੇਡੇ ਆ ਮੋਦੀ ਸਾਹਿਬ, ਉਸ ਮੁਹੱਲੇ ਦੇ ਵਿਆਹਾਂ 'ਚ ਵੀ ਨਹੀਂ ਜਾਂਦੇ ਵੀ ਮੇਰੇ ਕੋਲ ਟਾਈਮ ਨਹੀਂ ਗਾ, ਲੈ ਤੁਸੀਂ ਸੱਦ ਲਓ, ਨਹੀਂ ਆਉਣਗੇ। ਪਰ ਅੰਬਾਨੀਆਂ ਡਾਨੀਆਂ 'ਤੇ ਜਾਣਾ ਬਹੁਤ ਜ਼ਰੂਰੀ ਸੀ, ਕਿਉਂ? ਕਿਉਂਕਿ ਭਾਈ ਉਹ ਆਕਾ ਨੇ, ਮੰਨੇ ਜਾਂ ਨਾ ਮੰਨੇ ਕੋਈ, ਜਿਹੜੇ ਹਜ਼ਾਰਾਂ ਕਰੋੜ ਰੁਪਈਆ ਚੋਣ ਫੰਡ ਦਿੰਦੇ ਆ ਪਾਰਟੀਆਂ ਨੂੰ, ਸਾਰੀਆਂ ਨੂੰ ਦਿੰਦੇ ਆ ਉਹ, ਅਤੇ ਜਿਹ ਤੋਂ ਵੱਧ ਕੰਮ ਲੈਣਾ ਉਹਨੂੰ ਵੱਧ ਦੇ ਛੱਡਦੇ ਨੇ, ਅਤੇ ਉਹ ਫਿਰ ਸਾਰਿਆਂ ਦੇ ਆਕਾ ਨੇ। ਮੈਨੂੰ ਇਹ ਕੋਈ ਭੁਲੇਖਾ ਨਹੀਂ ਵੀ ਜੇ ਰਾਹੁਲ ਕੀ ਸਰਕਾਰ ਆ ਜਾਏ ਤਾਂ ਰਾਹੁਲ ਨੇ ਬੋਲਣਾ ਬੰਦ ਕਰ ਦੇਣਾ, ਫਿਰ ਇਹੋ ਗੱਲਾਂ ਮੋਦੀ ਹੋਰੀ ਬੋਲਣਗੇ। ਸੱਚ ਇਹਨਾਂ ਨੂੰ ਪਤਾ ਵੀ ਦੇਸ਼ ਦਾ ਕਰਤਾ ਧਰਤਾ ਕਿਵੇਂ, ਕੁਝ ਪੂੰਜੀਪਤੀ ਘਰਾਣੇ, ਕੁਝ ਕਾਰਪੋਰੇਟ ਘਰਾਣੇ ਬਣੇ ਨੇ, ਪਰ ਜਿਨ੍ਹਾਂ ਦੀ ਸਰਕਾਰ ਆ ਜਾਂਦੀ ਆ ਉਹਨੂੰ ਉਹ ਆਪਦੀ ਮੁੱਠੀ 'ਚ ਕਰ ਲੈਂਦੇ ਨੇ, ਅਤੇ ਜਿਨ੍ਹਾਂ ਦੀ ਨਹੀਂ ਆਉਂਦੀ ਉਹ ਫਿਰ ਆਪਦੀ ਸਰਕਾਰ ਲਿਆਉਣ ਦੇ ਲਈ ਇਹਨਾਂ ਗੱਲਾਂ ਦੇ ਉੱਪਰ ਬੋਲੀ ਜਾਂਦੇ ਨੇ। ਗੱਲਾਂ ਜਿੰਨੀਆਂ ਰਾਹੁਲ ਨੇ ਕੀਤੀਆਂ ਉਹ ਸੱਚੀਆਂ ਨੇ, ਉਹ ਸਹੀ ਨੇ, ਉਹ ਕੌੜੇ ਸੱਚ ਨੇ। ਲੋਕਾਂ ਨੂੰ ਕੀ ਲੱਗਦਾ ਇਹ ਸਾਰੇ ਭੈਣਾਂ ਭਰਾ ਆਪਣਾ ਕਮੈਂਟ ਕਰਕੇ ਦੱਸ ਦੇਣਗੇ, ਪਰ ਮੈਨੂੰ ਲੱਗਦਾ ਹੈ ਜਗਮੀਤ ਸਿਆਂ ਵੀ ਰਾਹੁਲ ਗਾਂਧੀ ਨੇ ਜੋ ਚੱਕਰ ਵਿਊ ਉੱਥੇ ਸਮਝਾਇਆ ਨਾ ਪਾਰਲੀਮੈਂਟ 'ਚ, ਉਹ ਵਾਕਿਆ ਹੀ ਉਹ ਚੱਕਰ ਵਿਊ ਚੱਲ ਰਿਹਾ ਦੇਸ਼ 'ਚ, ਮਜ਼ਦੂਰਾਂ ਨਾਲ ਵੀ, ਕਿਸਾਨਾਂ ਨਾਲ ਵੀ, ਮੁਲਾਜ਼ਮਾਂ ਨਾਲ ਵੀ, ਬੇਰੁਜ਼ਗਾਰਾਂ ਨਾਲ ਵੀ, ਨੌਜਵਾਨਾਂ ਨਾਲ ਵੀ, ਛੋਟੇ ਵਪਾਰੀਆਂ ਨਾਲ ਵੀ, ਉਹ ਚੱਕਰ ਵਿਊ ਚੱਲ ਰਿਹਾ ਜਿਹੜਾ ਰਾਹੁਲ ਗਾਂਧੀ ਨੇ ਪਾਰਲੀਮੈਂਟ 'ਚ ਸਮਝਾਇਆ।